ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਅਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਅੱਜ ਆਪਾਂ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਸ਼ੁਰੂ ਕਰਾਂਗੇ ਜੀ, ਕੇਸਾਂ ਦੇ ਨਾਲ ਸ਼ੁਰੂ ਕਰਾਂਗੇ। 26,109 ਕੇਸ ਇਟਲੀ ਦੇ ਵਿੱਚ ਨਵਾਂ ਆਇਆ ਹੈ। ਕੇਸ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਜਿਹੜੇ ਇੰਨੇ ਕੇਸ ਹਨ ਪਹਿਲਾਂ ਤੁਸੀਂ ਕਦੀ ਨਹੀਂ ਸੁਣੇ, ਅਤੇ ਜਿਨ੍ਹਾਂ ਲੋਕਾਂ ਦੀ ਡੈਥ ਹੋਈ ਉਹਨਾਂ ਦੀ ਗਿਣਤੀ ਵੀ 1, 2, 3 ਮਤਲਬ 123 'ਤੇ ਪਹੁੰਚ ਚੁੱਕੀ ਹੈ। ਬਾਕੀ ਇਸ ਤੋਂ ਇਲਾਵਾ 7,18,282 ਜਿਹੜੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੇ ਵਿੱਚ ਮੋਲੀਕੂਲਰ ਅਤੇ ਐਂਟੀਜੈਨਿਕ ਸਵੈਬ ਵੀ ਆਉਂਦੇ ਹਨ, ਜਿਹੜੀ 10 ਦੀ ਪੋਜ਼ਿਟਿਵਿਟੀ 3.6 ਦੇ ਉੱਤੇ ਆਈ ਹੈ। ਬਾਕੀ ਇਸ ਤੋਂ ਇਲਾਵਾ ਪੂਰੀ ਇਟਲੀ ਦੇ ਵਿੱਚ ਦੇਖੀਏ ਤਾਂ ਲੰਬਾਰਦੀਆ ਦੀ ਜਿਹੜੀ ਸਿਚੁਏਸ਼ਨ ਹੈ ਜੀ ਖਰਾਬ ਹੋ ਚੁੱਕੀ ਹੈ। 5,034 ਕੇਸ ਇਕੱਲਾ ਲੰਬਾਰਦੀਆ ਵਿੱਚ ਆਇਆ ਹੈ। ਬਨੇਤੋ 3,383, ਕੰਪਾਨੀਆਂ 1,770, ਮਿਲੀਆ ਰੋਮਾਨੀਆ 2,007, ਲਾਜ਼ੀਓ 2,652, ਪਿਮੋਂਤੇ 2,197 ਅਤੇ ਸਟੀਲੀਆ ਦੇ ਵਿੱਚ 1,346। ਇਸ ਤੋਂ ਇਲਾਵਾ ਜਿਹੜਾ ਤੁਸਕਾਨਾ ਹੈ ਜੀ 1,222 ਕੇਸ ਆਏ ਹਨ। ਬਾਕੀ ਤਕਰੀਬਨ ਲਿਗੂਰੀਆ ਵਿੱਚ 1,011 ਕੇਸ, ਅਤੇ ਇਸ ਤੋਂ ਇਲਾਵਾ ਇਟਲੀ ਦੀਆਂ ਜਿੰਨੀਆਂ ਵੀ ਬਾਕੀ ਸਟੇਟਾਂ ਬਚੀਆਂ ਹਨ ਸਾਰਿਆਂ ਦੇ ਵਿੱਚ 1,000 ਤੋਂ ਘੱਟ ਕੇਸ ਆਇਆ ਹੈ। ਤੁਸੀਂ ਜਾਣਦੇ ਹੋ ਕਿ ਆਪਾਂ ਉਹਨਾਂ ਸਟੇਟਾਂ ਦੇ ਨਾਮ ਵੀ ਦੱਸਦੇ ਹਾਂ ਜਿਨ੍ਹਾਂ ਦੇ ਵਿੱਚ 1,000 ਤੋਂ ਜ਼ਿਆਦਾ ਕੇਸ ਆਉਂਦਾ ਹੈ। ਇਸ ਤੋਂ ਇਲਾਵਾ ਹੋਸਪਿਟਲਾਂ ਵਿੱਚ ਵੀ 7,338 ਲੋਕ ਭਰਤੀ ਹੋ ਚੁੱਕੇ ਹਨ, ਅਤੇ ਇੰਟੈਂਸਿਵ ਕੇਅਰ ਦੇ ਵਿੱਚ ICU ਦੇ ਵਿੱਚ 917 ਜਿਹੜੇ ਪੇਸ਼ੈਂਟ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜੇ ਆਪਾਂ ਇਟਲੀ ਦੇ ਵਿੱਚ ਦੇਖੀਏ ਤਾਂ ਕੇਸ ਬੇਸ਼ੱਕ ਜ਼ਿਆਦਾ ਆਏ ਹਨ, ਪਰੰਤੂ UK ਦੇ ਵਿੱਚ ਵੀ ਜਿਹੜਾ ਰਿਕਾਰਡ ਨਵਾਂ ਬਣਿਆ ਹੈ। UK ਵਿੱਚ ਇਹੋ ਜਿਹਾ ਰਿਕਾਰਡ ਬਣਿਆ ਕਿ ਪਹਿਲਾਂ ਤੁਸੀਂ ਕਦੀ ਵੀ ਇਹੋ ਜਿਹੇ ਕੰਮ ਨਹੀ�ं ਸੁਣਿਆ ਸੀ। 88,376 ਕੇਸ UK ਦੇ ਵਿੱਚ 24 ਘੰਟੇ ਦੇ ਵਿੱਚ ਆਇਆ ਹੈ। ਇਸ ਤਰ੍ਹਾਂ ਇਹ ਜਿਹੜੀ ਖਬਰ ਹੈ ਜੀ, ਇੱਕ ਬਹੁਤ ਹੀ ਬੈਡ ਨਿਊਜ਼ ਆਪਾਂ ਇਸ ਨੂੰ ਕਹਿ ਸਕਦੇ ਹਾਂ, ਮਾੜੀ ਖਬਰ ਕਹਿ ਸਕਦੇ ਹਾਂ ਕਿ ਇੰਨੇ ਜ਼ਿਆਦਾ ਕੇਸ ਅਗਰ ਕਿਸੇ ਵੀ ਦੇਸ਼ ਦੇ ਵਿੱਚ ਆਉਂਦੇ ਹਨ ਤਾਂ ਇਹਦਾ ਮਤਲਬ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਜੀ ਖਰਾਬ ਹੋ ਸਕਦੀ ਹੈ। ਤੁਸੀਂ ਜਾਣਦੇ ਹੋ ਕਿ ਨਤਾਲਿਆਂ ਦੇ ਵਿੱਚ ਵੀ ਜਿਹੜਾ ਕੁਝ ਹੀ ਸਮਾਂ ਬਚਿਆ ਕ੍ਰਿਸਮਿਸ ਦੇ ਵਿੱਚ, ਲੋਕਾਂ ਨੇ ਬੜੀਆਂ ਆਸਾਂ ਲਾ ਕੇ ਰੱਖੀਆਂ ਸਨ ਕਿ ਇਸ ਵਾਰ ਜਿਹੜੇ ਨਤਾਲੇ ਵਗੈਰਾ ਹਨ ਵਧੀਆ ਬੀਤਣਗੇ, ਪਰੰਤੂ ਜਿਸ ਤਰ੍ਹਾਂ ਦੀ ਸਿਚੁਏਸ਼ਨ ਹਰ ਵਾਰ ਬਣਦੀ ਹੈ, ਇਸ ਵਾਰ ਵੀ ਉਹੋ ਜਿਹੀ ਸਿਚੁਏਸ਼ਨ ਬਣਨੀ ਸ਼ੁਰੂ ਹੋ ਚੁੱਕੀ ਹੈ। ਕੇਸ ਇੰਨੇ ਜ਼ਿਆਦਾ ਆ ਰਹੇ ਨੇ ਕਿ ਪਹਿਲਾਂ ਕਦੀ ਵੀ ਇੰਨੇ ਕੇਸ ਨਹੀਂ ਸੁਣੇ ਸਨ। ਬਾਕੀ ਇੱਕ ਨਵੀਂ ਖਬਰ ਜੇ ਆਪਾਂ ਫਾਈਨੈਂਸ਼ੀਅਲ ਟਾਈਮਸ ਦੇ ਅਨੁਸਾਰ ਦੇਖੀਏ ਤਾਂ ਉਹਨਾਂ ਨੇ ਜਿਹੜੀ ਖਬਰ ਪਾਈ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਏਮਾ ਜਿਹੜੀ ਕਿ ਯੂਰੋਪੀਅਨ ਮੈਡੀਕਲ ਏਜੰਸੀ ਹੈ, ਉਹਨਾਂ ਨੇ ਦੱਸਿਆ ਕਿ ਇਹ ਨੋਵਾਵੈਕਸ ਜਿਹੜੀ ਵੈਕਸੀਨ ਇਸ ਨੂੰ ਜਿਹੜੀ ਅਪਰੂਵ ਕਰ ਸਕਦੀ ਹੈ ਅਗਲੇ ਹਫ਼ਤੇ। ਮਤਲਬ ਅਗਰ ਇੱਕ ਹੋਰ ਵੈਕਸੀਨ ਜਿਹੜੀ ਹੈ ਜੀ ਯੂਜ਼ ਦੇ ਵਿੱਚ ਆਉਂਦੀ ਹੈ ਤਾਂ ਆਪਾਂ ਇਸ ਨੂੰ ਗੁੱਡ ਨਿਊਜ਼ ਕਹਾਂਗੇ। ਤੁਸੀਂ ਨਾਮ ਸੁਣਿਆ ਹੋਏਗਾ ਫਾਈਜ਼ਰ ਕੰਪਨੀ ਦਾ, ਜਿਹੜੀ ਕਿ ਵੈਕਸੀਨ ਬਣਾਉਂਦੀ ਹੈ। ਹੁਣ ਫਾਈਜ਼ਰ ਨੇ ਇੱਕ ਹੋਰ ਚੀਜ਼ ਬਣਾਈ ਹੈ ਜਿਸ ਦਾ ਨਾਮ ਇਹਨਾਂ ਨੇ ਰੱਖਿਆ ਹੈ ਪੈਕਸਾਲੋਵਿਡ। ਪੈਕਸਾਲੋਵਿਡ ਜਿਹੜੀ ਹੈ ਜੀ ਇੱਕ ਤਰ੍ਹਾਂ ਦੀਆਂ ਜਿੱਦਾਂ ਗੋਲੀਆਂ ਹਨ ਜਿਹੜੀਆਂ ਕਿ ਕੋਵਿਡ ਦੇ ਵਾਸਤੇ ਲੋਕਾਂ ਨੇ ਖਾਣੀਆਂ ਹਨ, ਯੂਜ਼ ਕਰਨੀਆਂ ਹਨ। ਜਿਸ ਤਰ੍ਹਾਂ ਦੱਸਿਆ ਗਿਆ ਇਹਦੇ ਵਿੱਚ ਏਮਾ ਨੇ ਜਿਹੜੀ ਇਸ ਨੂੰ ਜਿੱਦਾਂ ਕਿ ਅਪਰੂਵਲ ਦੇ ਦਿੱਤੀ ਹੈ, ਜਿਹੜੀ ਕਿ ਇੱਕ ਬਹੁਤ ਹੀ ਵੱਡੀ ਗੁੱਡ ਨਿਊਜ਼ ਹੈ। ਹੁਣ ਅਗਰ ਯੂਰੋਪੀਅਨ ਮੈਡੀਕਲ ਏਜੰਸੀ ਦੇ ਵੱਲੋਂ ਇਸਨੂੰ ਜਿਹੜੀ ਹਰੀ ਝੰਡੀ ਮਿਲੀ ਤਾਂ ਹੁਣ ਕੀ ਮਤਲਬ ਹੋਏਗਾ ਕਿ ਜਿਹੜੀਆਂ ਦੁਕਾਨਾਂ ਦੇ ਵਿੱਚ ਇਹ ਜਿਹੜੀ ਆਪਣੀ ਗੋਲੀ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਮਿਲਣੀ ਸ਼ੁਰੂ ਹੋ ਜਾਵੇਗੀ। ਬਾਕੀ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੀ ਗੋਲੀ ਹੈ ਜੀ, ਜਦੋਂ ਬੰਦੇ ਦੇ ਵਿੱਚ ਸਿੰਪਟਮ ਦਿਖਾਈ ਦਿੰਦੇ ਹਨ, ਕੁਝ ਲੱਛਣ ਜਿਹੜੇ ਹਨ ਕਰੋਨਾ ਦੇ ਦਿਖਾਈ ਦਿੰਦੇ ਹਨ, ਤਾਂ ਉਸਦੇ 5 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਗੋਲੀਆਂ ਇਹ ਖਾਣੀਆਂ ਪੈਣਗੀਆਂ। ਬਾਕੀ ਇਹਦੇ ਬਾਰੇ ਡਾਕਟਰ ਹੀ ਦੱਸ ਸਕਦੇ ਹਨ ਕਿ ਜਿਹੜੀ ਗੋਲੀ ਦੀ ਜਿਹੜੀ ਡੋਜ਼ ਹੈ ਜੀ ਉਹ ਕਿੰਨੀ ਹੈ, ਕਿੰਨੀਆਂ ਗੋਲੀਆਂ ਖਾਣੀਆਂ ਅਤੇ ਕਿਸ ਮਰੀਜ਼ ਦੇ ਵਾਸਤੇ ਜਿਹੜੀ ਦਵਾਈ ਸੂਟ ਕਰੇਗੀ। ਹੁਣ ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਪਰ। ਨੈਕਸਟ ਖਬਰ ਜਿਹੜੀ ਆਪਣੀ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੇ 5 ਕਮੂਨੇ ਹਨ ਔਰੇਂਜ ਜ਼ੋਨ ਦੇ ਵਿੱਚ ਆ ਚੁੱਕੇ ਹਨ, ਜਿਹਦੇ ਵਿੱਚ ਪਹਿਲੇ ਕਮੂਨਾ ਜਿਹੜਾ ਕਿ ਕਾਸਟਰੋ ਫਿਲਿਪੋ ਹੈ, ਦੂਸਰਾ ਹੈ ਜੀ ਮਾਰੀਆਨੋ ਪੋਲੀ, ਅਤੇ ਅਗਲਾ ਜਿਹੜਾ ਹੈ ਜੀ ਮੋਤਾ ਸਾਂਤ ਅਨਾਸਤਾਸੀਆ, ਉਸ ਤੋਂ ਅੱਗੇ ਹੈ ਤੇਰਵੇਂ ਵਿਲੀਆ ਤੋਰੇ, ਅਤੇ ਜਿਹੜਾ 5ਵਾਂ ਕਮੂਨਾ ਹੈ ਜੀ ਉਸਦਾ ਨਾਮ ਹੈ ਸਕਾਲੇਤਾ ਜ਼ਾਨਕਲੀਆ। ਇਹਨਾਂ ਨੂੰ ਜਿਹੜਾ ਸ਼ਨੀਵਾਰ ਹੈ ਜੀ 18 ਤਰੀਕ ਜਿਹੜੀ ਹੈ ਜੀ ਉਸ ਤਰੀਕ ਤੋਂ ਇਹਨਾਂ ਨੂੰ ਔਰੇਂਜ ਜ਼ੋਨ ਦੇ ਵਿੱਚ ਪਾ ਦਿੱਤਾ ਜਾਵੇਗਾ, ਅਤੇ 27 ਦਸੰਬਰ ਤੱਕ ਇਹਨਾਂ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਹਨਾਂ ਦੇ ਉੱਤੇ ਨਵਾਂ ਫੈਸਲਾ ਆਵੇਗਾ ਕਿ ਇਹਨਾਂ ਨੂੰ ਔਰੇਂਜ ਜ਼ੋਨ ਦੇ ਵਿੱਚ ਰੱਖਿਆ ਜਾਵੇਗਾ ਜਾਂ ਕੋਈ ਹੋਰ ਰੰਗ ਇਹਨਾਂ ਦੇ ਜਿਹੜੇ ਚੇਂਜ ਕੀਤੇ ਜਾਣਗੇ। ਹਾਂਜੀ ਹੁਣ ਚੱਲਦੇ ਜੀ ਆਪਣੀ ਨੈਕਸਟ ਖਬਰ ਦੇ ਉੱਪਰ। ਨੈਕਸਟ ਖਬਰ ਜਿਹੜੀ ਆਪਣੀ ਪੂਰੀ ਦੁਨੀਆ ਦੇ 40 ਦੇਸ਼ਾਂ ਦੇ ਨਾਲ ਸੰਬੰਧਿਤ ਹੈ। ਇਹ ਜਿਹੜੇ 40 ਦੇਸ਼ ਹਨ ਜੀ ਇਹਨਾਂ ਦੇ ਬਾਰੇ WHO ਦੇ ਵੱਲੋਂ ਇੱਕ ਅਲਾਰਮ ਜਿਹੜਾ ਹੈ ਜੀ ਜਾਰੀ ਕੀਤਾ ਗਿਆ ਹੈ। ਇਹਦੇ ਵਿੱਚ WHO ਨੇ ਜਿਹੜੀ ਇਹ ਗੱਲ ਆਖੀ ਆਪਣੇ ਬਿਆਫ ਦੇ ਉੱਤੇ, ਉਹਨਾਂ ਨੇ ਕਿਹਾ ਹੈ ਕਿ ਇਹ 40 ਦੇਸ਼ ਦੁਨੀਆ ਦੇ ਵਿੱਚ ਇਹੋ ਜਿਹੇ ਹਨ ਜਿਨ੍ਹਾਂ ਦੇ ਵਿੱਚ ਜਿਹੜਾ ਟੀਕਾਕਰਨ ਹੈ ਜੀ 10% ਤੋਂ ਵੀ ਘੱਟ ਕੀਤਾ ਗਿਆ ਹੈ। ਮਤਲਬ ਕਿ 100 ਦੇ ਪਿੱਛੇ 90 ਲੋਕ ਜਿਹੜੇ ਹਨ ਬਿਨਾਂ ਟੀਕੇ ਤੋਂ ਘੁੰਮ ਰਹੇ ਹਨ, ਅਤੇ ਸਿਰਫ 100 ਦੇ ਪਿੱਛੇ 10 ਲੋਕਾਂ ਨੂੰ ਹੀ ਇੰਜੈਕਸ਼ਨ ਲੱਗਾ ਹੈ। ਹੁਣ ਇਹ 40 ਦੇਸ਼ ਕਿਹੜੇ ਹਨ, ਨਾਮ ਇਹਨਾਂ ਦੇ ਕਿਹੜੇ ਕਿਹੜੇ ਹਨ, ਇਹਦੇ ਬਾਰੇ ਜਿਹੜਾ ਫਿਲਹਾਲ ਕੋਈ ਜਾਣਕਾਰੀ ਜਿਹੜੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਜਿਹੜੀ ਆਪਣੀ ਨੈਕਸਟ ਖਬਰ ਹੈ ਜੀ ਲਿਗੂਰੀਆ ਦੇ ਨਾਲ ਸੰਬੰਧਿਤ। ਲਿਗੂਰੀਆ ਇੱਕ ਇਟਾਲੀਅਨ ਸਟੇਟ ਹੈ, ਅਤੇ ਇਹਦੇ ਵਿੱਚ ਕੀ ਹੋ ਰਿਹਾ ਕਿ ਸੋਮਵਾਰ ਜਿਹੜਾ ਕਿ ਆਉਣ ਵਾਲਾ ਸੋਮਵਾਰ ਹੈ
ਉਸ ਤਰੀਕ ਤੋਂ ਜਿਹੜਾ ਇਸ ਨੂੰ ਯੈਲੋ ਜ਼ੋਨ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਜਿਹੜਾ ਇਸ ਦੀ ਵੈਲਿਡਿਟੀ ਹੋਏਗੀ ਜੀ ਡਿਊਰੇਸ਼ਨ ਹੋਏਗੀ ਉਹ 2 ਹਫ਼ਤੇ ਵਾਸਤੇ ਦੱਸਿਆ ਜਾ ਰਿਹਾ ਹੈ। 2 ਹਫ਼ਤਿਆਂ ਬਾਅਦ ਇਸ ਦਾ ਕੀ ਬਣੇਗਾ ਇਹਦੇ ਬਾਰੇ ਫਿਲਹਾਲ ਅਜੇ ਕੁਝ ਨਹੀਂ ਪਤਾ ਕਿ ਇਸ ਨੂੰ ਔਰੇਂਜ ਜ਼ੋਨ ਦੇ ਵਿੱਚ ਲਿਆਇਆ ਜਾਏਗਾ ਜਾਂ ਇਸ ਨੂੰ ਦੁਬਾਰਾ ਜਿਹੜਾ ਵਾਈਟ ਜ਼ੋਨ ਦੇ ਵਿੱਚ ਲਿਆਂਦਾ ਜਾਵੇਗਾ ਇਹਦੇ ਬਾਰੇ ਜਿਹੜਾ ਫਿਲਹਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਜਿਹੜਾ ਦੇਸ਼ ਇੱਕ ਯੂਰਪ ਦਾ ਹੋਰ ਪੈਂਦਾ ਜਿਸ ਦਾ ਨਾਮ ਹੈ ਡੈਨਮਾਰਕ ਇਹਦੇ ਵਿੱਚ ਜਿਹੜਾ ਅੰਕੜਾ ਆਇਆ ਹੈ ਜੀ ਯਾਨੀ ਕਿ 9,999 ਮਰੀਜ਼ ਜਿਹੜੇ ਹਨ ਇਸ ਦੇ ਵਿੱਚ ਇੱਕ ਦਿਨ ਦੇ ਵਿੱਚ ਆਏ ਹਨ ਕੋਵਿਡ ਦੇ ਨਾਲ ਸੰਬੰਧਿਤ ਲਾਸਟ 24 ਘੰਟੇ ਦੇ ਵਿੱਚ। ਬਾਕੀ ਜਿੱਦਾਂ ਕਿ ਯੂਰਪੀਅਨ ਦੇਸ਼ ਜਿਹੜੇ ਹਨ ਜੀ ਆਪਣੇ ਦੇਸ਼ਾਂ ਦੇ ਉੱਤੇ ਪਾਬੰਦੀਆਂ ਲਾ ਰਹੇ ਹਨ ਬਾਰਡਰ ਵਗੈਰਾ ਬੰਦ ਕਰ ਰਹੇ ਹਨ ਬਹੁਤੇ ਦੇਸ਼ ਦੂਜੇ ਯੂਰਪੀ ਦੇਸ਼ਾਂ ਦੇ ਬਾਰੇ ਜਿਹੜੇ ਇਹਦੇ ਵਿੱਚ ਯੂਰਪੀਅਨ ਯੂਨੀਅਨ ਕੌਂਸਲ ਹੈ ਜੀ ਉਹ ਇਸ ਦੇ ਨਾਲ ਜਿਹੜੀ ਸੰਬੰਧਿਤ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਸਨੇ ਨਾਰਾਜ਼ਗੀ ਦਿਖਾਈ ਹੈ ਕਿਉਂਕਿ ਯੂਰਪੀਅਨ ਕੌਂਸਲ ਜਿਹੜੀ ਹੈ ਜੀ ਉਹ ਚਾਹੁੰਦੀ ਹੈ ਕਿ ਜਿੱਦਾਂ ਕਿ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਯੂਰਪੀਅਨ ਸਾਰੇ ਦੇਸ਼ ਹਨ ਅਤੇ ਇਹਨਾਂ ਦੇ ਵਿੱਚ ਜਿਹੜੀ ਮੂਵਮੈਂਟ ਕਰਨ ਦੀ ਜਿਹੜੀ ਬੰਦੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਫਿਰ ਬੇਸ਼ੱਕ ਉਹ ਬਿਮਾਰੀ ਕਿਹੋ ਜਿਹੀ ਵੀ ਹੋਵੇ ਇਹ ਜਿਹੜੀਆਂ ਪਾਬੰਦੀਆਂ ਹਨ ਯੂਰਪੀਅਨ ਕੌਂਸਲ ਨੂੰ ਪਸੰਦ ਨਹੀਂ ਹਨ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਇਹਦੇ ਪਿੱਛੇ ਜਿਹੜੀ ਵਜ੍ਹਾ ਬਣੇਗੀ ਓਮੀਕਰੋਨ ਵੇਰੀਐਂਟ ਇਸ ਦੇ ਪਿੱਛੇ ਜਿਹੜੀ ਵੱਡੀ ਵਜ੍ਹਾ ਬਣੇਗਾ ਕਿਉਂਕਿ ਇਸ ਵਾਇਰਸ ਦੀ ਵਜ੍ਹਾ ਦੇ ਨਾਲ ਹੁਣ ਹੋ ਕੀ ਰਿਹਾ ਹੈ ਕਿ ਬਹੁਤ ਜ਼ਿਆਦਾ ਜਿਹੜੇ ਕੇਸ ਹਨ ਆਉਣੇ ਸ਼ੁਰੂ ਹੋ ਚੁੱਕੇ ਨੇ। ਇਸ ਗੱਲ ਦੇ ਵਾਸਤੇ ਜਿਹੜੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਜਦੋਂ ਸਾਊਥ ਅਫਰੀਕਾ ਦੇ ਵਿੱਚ ਪਹਿਲੇ ਕੇਸ ਆਏ ਸਨ ਉਦੋਂ ਇਸ ਦੇ ਬਾਰੇ ਵਿਗਿਆਨੀਆਂ ਨੇ ਦੱਸ ਦਿੱਤਾ ਸੀ ਕਿ ਜਿਹੜੀ ਇਸ ਦੀ ਲਾਗ ਦੀ ਦਰ ਹੈ ਜੀ ਸਪੀਡ ਹੈ ਫੈਲਣ ਦੀ ਬਹੁਤ ਜ਼ਿਆਦਾ ਸਪੀਡ ਹੈ ਅਤੇ ਇਸ ਦੀ ਜਿਹੜੀ ਸਪੀਡ ਹੈ ਜੀ ਡੈਲਟਾ ਤੋਂ ਵੀ ਕਿਤੇ ਜ਼ਿਆਦਾ ਤੇਜ਼ ਹੈ ਅਤੇ ਉਹ ਚੀਜ਼ ਤੁਸੀਂ ਅੱਜ ਦੇਖ ਵੀ ਸਕਦੇ ਹੋ ਕਿ ਇਟਲੀ ਦੇ ਵਿੱਚ ਵੀ 26,000 ਤੋਂ ਜ਼ਿਆਦਾ ਕੇਸ ਇੰਗਲੈਂਡ ਦੇ ਵਿੱਚ 88,000 ਇੰਨੇ ਕੇਸ ਪਹਿਲਾਂ ਕਦੀ ਵੀ ਕਿਸੇ ਨੇ ਨਹੀਂ ਸੁਣੇ ਸਨ। ਹੁਣ ਇਸ ਓਮੀਕਰੋਨ ਵੇਰੀਐਂਟ ਦੀ ਵਜ੍ਹਾ ਦੇ ਨਾਲ ਇੱਕ ਜਿਹੜਾ ਨਵਾਂ ਕੰਮ ਹੈ ਜੀ ਹੋ ਸਕਦਾ ਹੈ ਜਿੱਦਾਂ ਕਿ ਸਰਕਾਰ ਨੂੰ ਪਤਾ ਹੈ ਕਿ ਜਿਹੜਾ ਸਾਹਮਣੇ ਸਮਾਂ ਆ ਰਿਹਾ ਹੈ ਕ੍ਰਿਸਮਿਸ ਟਾਈਮ ਆ ਰਿਹਾ ਹੈ ਨਤਾਲੇ ਜਿਹੜੇ ਨਜ਼ਦੀਕ ਆ ਰਹੇ ਹਨ ਇਸੇ ਕਰਕੇ ਸਰਕਾਰ ਨੇ ਇਹ ਨਿਯਮ ਵੀ ਬਣਾ ਦਿੱਤਾ ਓਬਲੀਗਾਟੋਰੀ ਕਰ ਦਿੱਤਾ ਕਿ ਜੇ ਕੋਈ ਬੰਦਾ ਇਟਲੀ ਦੇ ਵਿੱਚ ਆ ਰਿਹਾ ਹੈ ਕਿਸੇ ਹੋਰ ਦੇਸ਼ ਦੇ ਵਿੱਚੋਂ ਤਾਂ ਉਸਦੇ ਵਾਸਤੇ ਜਿਹੜੇ ਸਵੈਬ ਵਗੈਰਾ ਟੈਸਟ ਹਨ ਓਬਲੀਗਾਟੋਰੀ ਕਰ ਦਿੱਤੇ ਗਏ ਹਨ ਬੇਸ਼ੱਕ ਉਸ ਬੰਦੇ ਦੇ ਜਿਹੜੇ ਇੰਜੈਕਸ਼ਨ ਵਗੈਰਾ ਲੱਗੇ ਹੋਏ ਹੋਣ ਫਿਰ ਵੀ ਜਿਹੜੇ ਉਸ ਨੂੰ ਟੈਸਟ ਵਗੈਰਾ ਕਰਵਾਉਣੇ ਪੈਣਗੇ ਅਤੇ ਜਿਹੜੇ ਲੋਕਾਂ ਦੇ ਇੰਜੈਕਸ਼ਨ ਵਗੈਰਾ ਨਹੀਂ ਲੱਗੇ ਹੋਏ ਉਹਨਾਂ ਦੇ ਵਾਸਤੇ ਜਿਹੜਾ 5 ਦਿਨ ਦਾ ਕੁਆਰੰਟਾਈਨ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਿਹੜੀ ਸਟੇਟ ਆਫ ਐਮਰਜੈਂਸੀ ਸੀ ਇਸ ਨੂੰ ਵੀ 31 ਮਾਰਚ 2022 ਤੱਕ ਵਧਾਇਆ। ਇਹ ਸਾਰੇ ਜਿਹੜੇ ਕੰਮ ਹਨ ਜੀ ਸਰਕਾਰ ਦੇ ਇਸੇ ਚੀਜ਼ ਵੱਲ ਇਸ਼ਾਰਾ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਖਤੀਆਂ ਹੋ ਸਕਦੀਆਂ ਹਨ। ਬਾਕੀ ਇਹ ਵੀ ਦੱਸਿਆ ਜਾ ਰਿਹਾ ਕਿ ਕੋਈ ਵੱਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਬੇਸ਼ੱਕ ਬੰਦੇ ਦੇ ਇੰਜੈਕਸ਼ਨ ਵਗੈਰਾ ਲੱਗੇ ਹੋਣ ਹੋ ਸਕਦਾ ਕਿ ਉਹਨਾਂ ਨੂੰ ਜਿਹੜੇ ਤਾਂਪੋਨੀ ਹੈ ਜੀ ਉਹ ਕਰਾਉਣੇ ਪੈਣ ਇਸ ਨੂੰ ਸਰਕਾਰ ਸ਼ਾਇਦ ਓਬਲੀਗਾਟੋਰੀ ਇਸ ਨੂੰ ਕਰ ਦੇਵੇ। ਬਾਕੀ ਇਸ ਤੋਂ ਇਲਾਵਾ ਸਪੇਨ ਦੇ ਵਿੱਚ ਚੱਲਦੇ ਹਨ ਜੀ ਸਪੇਨ ਦੇ ਵਿੱਚ ਵੀ ਜਿਹੜੇ ਲੋਕ 40 ਸਾਲ ਤੋਂ ਉੱਪਰ ਵਾਲੇ ਹਨ 40 ਸਾਲ ਜਾਂ ਇਸ ਤੋਂ ਉੱਪਰ ਵਾਲੇ ਉਹਨਾਂ ਦੇ ਵਾਸਤੇ ਜਿਹੜੀ ਸਪੇਨ ਦੀ ਸਰਕਾਰ ਹੈ ਜੀ ਉਸਨੇ 3ਰੀ ਡੋਜ਼ ਦੇ ਵਾਸਤੇ ਜਿਹੜੀ ਹਰੀ ਝੰਡੀ ਦੇ ਦਿੱਤੀ ਹੈ ਓਕੇ ਕਹਿ ਦਿੱਤਾ ਹੈ। ਹੁਣ 40 ਸਾਲ ਜਾਂ ਇਸ ਤੋਂ ਵੱਧ ਵਾਲੇ ਜਿਹੜੇ ਲੋਕਾਂ ਨੂੰ ਵੈਕਸੀਨ ਵਗੈਰਾ ਆਪਣੀ ਲਗਵਾ ਸਕਦੇ ਹਨ। ਬਾਕੀ ਜੇ ਆਪਾਂ ਮਾਪ ਦੇ ਉੱਤੇ ਝਾਤੀ ਮਾਰੀਏ ਤਾਂ ਇੱਕ ਮਾਪ ਜਿਹੜਾ ਕਿ ਯੂਰਪੀਅਨ ਯੂਨੀਅਨ ਨੇ ਇੱਕ ਵੱਖਰਾ ਮਾਪ ਬਣਾ ਕੇ ਰੱਖਿਆ ਹੋਇਆ ਇੱਕ ਤਾਂ ਜਿਹੜਾ ਮਾਪ ਹੈ ਜੀ ਜਿਹੜਾ ਇਟਲੀ ਦੀ ਸਰਕਾਰ ਨੇ ਬਣਾ ਕੇ ਰੱਖਿਆ ਹੋਇਆ ਅਤੇ ਸਟੇਟਾਂ ਨੂੰ ਰੰਗ ਦਿੱਤੇ ਹੋਏ ਹਨ। ਇਸ ਤੋਂ ਇਲਾਵਾ ਜਿਹੜੀ ਯੂਰਪੀਅਨ ਯੂਨੀਅਨ ਦਾ ਮਾਪ ਹੈ ਇਹਦੇ ਵਿੱਚ ਜਿਸ ਮਾਪ ਨੂੰ ਆਪਾਂ ECDC ਮਾਪ ਕਹਿ ਸਕਦੇ ਹਾਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇਟਲੀ ਦੀਆਂ 3 ਸਟੇਟਾਂ ਜਿਹੜੀਆਂ ਹਨ ਇਹਨਾਂ ਨੂੰ ਇਹਨਾਂ ਨੇ ਔਰੇਂਜ ਰੰਗ ਦਿੱਤਾ ਹੋਇਆ ਹੈ ਜਿੱਦਾਂ ਕਿ ਮਲੀਜ਼ੇ ਪੂਲੀਆ ਅਤੇ ਸਰਦੀਨੀਆ ਇਹਨਾਂ ਨੂੰ ਇਹਨਾਂ ਨੇ ਔਰੇਂਜ ਜ਼ੋਨ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਵਨੇਤੋ ਅਤੇ ਬੁਲਜ਼ਾਨੋ ਜਿਹੜੀ ਹੈ ਵਾਲੇ ਦੀ ਔਸਤਾ ਅਤੇ ਫਰੂਲੀ ਵਨੇਸ਼ੀਆ ਜੂਲੀਆ ਜਿਹੜੀ ਇਹਨਾਂ ਨੂੰ ਇਹਨਾਂ ਨੇ ਬਹੁਤ ਹੀ ਜਿਹੜਾ ਗੂੜਾ ਰੰਗ ਡਾਰਕ ਰੈੱਡ ਕਲਰ ਦਿੱਤਾ ਹੋਇਆ ਹੈ। ਹੁਣ ਚੱਲਦੇ ਜੀ ਆਪਣੇ ਯੂਰਪ ਦਾ ਇੱਕ ਹੋਰ ਦੇਸ਼ ਹੈ ਜੀ ਡੈਨਮਾਰਕ ਉਹਦੇ ਨਾਲ ਸੰਬੰਧਿਤ ਖਬਰ ਹੈ। ਡੈਨਮਾਰਕ ਜਿਹੜਾ ਹੈ ਯੂਰਪ ਦਾ ਪਹਿਲਾ ਕੰਟਰੀ ਬਣ ਚੁੱਕਾ ਹੈ। ਤੁਸੀਂ ਨਾਮ ਸੁਣਿਆ ਹੋਵੇਗਾ ਮਰਕ ਵਾਲਿਆਂ ਨੇ ਇੱਕ ਐਂਟੀ ਕੋਵਿਡ ਪਿਲ ਬਣਾਈ ਹੋਈ ਹੈ ਮਤਲਬ ਕਿ ਇੱਕ ਕੈਪਸੂਲ ਜਿਹੜਾ ਉਹਨਾਂ ਨੇ ਤਿਆਰ ਕੀਤਾ ਹੈ ਮਰਕ ਕੰਪਨੀ ਨੇ ਜਿਸ ਕੈਪਸੂਲ ਦੀ ਕਿ ਮਾਰਕੀਟਿੰਗ ਜਿਹੜੀ ਹੈ ਜੀ ਲੇਜੇਵਰੀਓ ਨਾਮ ਦੇ ਅਧੀਨ ਜਿਹੜੀ ਇਸਦੀ ਮਾਰਕੀਟਿੰਗ ਕੀਤੀ ਜਾ ਰਹੀ ਹੈ। ਇਹ ਜਿਹੜੀ ਦਵਾਈ ਸੀ ਜੀ ਇਸ ਨੂੰ ਤਕਰੀਬਨ ਨਵੰਬਰ ਦੇ ਅੱਧ ਦੇ ਵਿੱਚ ਜਿਹੜੀ ਯੂਰਪੀਅਨ ਰੈਗੂਲੇਟ ਏਜੰਸੀ ਸੀ ਇਸ ਨੇ ਇਸ ਨੂੰ ਜਿਹੜੀ ਅਪਰੂਵਲ ਦਿੱਤੀ ਹੋਈ ਸੀ। ਇਸ ਤੋਂ ਬਾਅਦ ਇਸ ਨੂੰ ਜਿਹੜੀ UK ਨੇ ਅਪਰੂਵਲ ਦਿੱਤੀ ਅਤੇ ਇਸ ਤੋਂ ਬਾਅਦ ਯੂਨਾਈਟਿਡ ਸਟੇਟ ਨੇ ਅਤੇ ਬਾਅਦ ਵਿੱਚ ਜਿਹੜਾ ਡੈਨਮਾਰਕ ਸੀ ਯੂਰਪ ਦਾ ਪਹਿਲਾ ਦੇਸ਼ ਬਣ ਚੁੱਕਾ ਜਿਸ ਨੇ ਕਿ ਇਸ ਜਿਹੜੀ ਦਵਾਈ ਨੂੰ ਮਾਨਤਾ ਦੇ ਦਿੱਤੀ ਹੈ। ਬਾਕੀ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਨਵੀਂ ਖਬਰ ਨਿਕਲ ਕੇ ਸਾਹਮਣੇ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਇੱਕ 50 ਸਾਲ ਦੀ ਔਰਤ ਜਿਹੜੀ ਕਿ ਕਦੀ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਬਿਲਕੁਲ ਨਹੀਂ ਗਈ ਇਹ ਜਿਹੜੀ ਔਰਤ ਹੈ ਜੀ ਇਹ ਪੋਜ਼ਿਟਿਵ ਪਾਈ ਗਈ ਹੈ ਓਮੀਕਰੋਨ ਵੇਰੀਐਂਟ ਦੇ ਨਾਲ ਅਤੇ ਇਹ ਔਰਤ ਜਿਹੜੀ ਕਿੱਥੋਂ ਦੀ ਰਹਿਣ ਵਾਲੀ ਹੈ ਬ੍ਰੇਸ਼ੀਆ ਦੀ ਰਹਿਣ ਵਾਲੀ ਹੈ। ਬਾਕੀ ਤੁਸੀਂ ਨਾਮ ਸੁਣਿਆ ਹੋਵੇਗਾ ਨੋਵਾਵੈਕਸ ਦਾ ਜਿਹੜੀ ਕਿ ਇੱਕ ਅਮੈਰੀਕਨ ਵੈਕਸੀਨ ਹੈ ਜਿਹੜੀ ਕਿ ਅਮਰੀਕਾ ਦੇ ਵਿੱਚ ਡਿਵੈਲਪ ਕੀਤੀ ਗਈ ਹੈ। ਹੁਣ ਇਸ ਵੈਕਸੀਨ ਦੀ ਬਾਬਤ ਯੂਰਪ ਦੇ ਵਿੱਚ ਕੀ ਹੋਏਗਾ ਕਿ 20 ਦਸੰਬਰ ਜਿਹੜੀ ਆ ਰਹੀ ਹੈ
ਇਹਦੇ ਵਿੱਚ ਇੱਕ ਜਿਹੜੀ ਸਪੈਸ਼ਲ ਮੀਟਿੰਗ ਹੈ ਜੀ ਏਮਾ ਦੇ ਵੱਲੋਂ ਰੱਖੀ ਜਾਵੇਗੀ ਜਿਹਦੇ ਵਿੱਚ ਕਿ ਇਸ ਵੈਕਸੀਨ ਨੂੰ ਜਿਹੜੀ ਹੈ ਜੀ ਹਰੀ ਝੰਡੀ ਦਿੱਤੀ ਜਾਵੇਗੀ, ਉਮੀਦ ਇਹ ਕੀਤੀ ਜਾ ਰਹੀ ਹੈ। ਬਾਕੀ ਬੇਰਤਾ ਲਜ਼ੋ ਦੇ ਅਨੁਸਾਰ ਇੱਕ ਜਿਹੜੀ ਲੰਬਾਰਦੀਆ ਨਾਲ ਸੰਬੰਧਿਤ ਖਬਰ ਦੱਸੀ ਹੈ, ਉਹਨਾਂ ਨੇ ਦੱਸਿਆ ਕਿ ਪੂਰੀ ਇਟਲੀ ਦੇ ਵਿੱਚ ਇਸ ਟਾਈਮ ਜਿਹੜੇ ਬੱਚੇ ਹਨ 5 ਤੋਂ ਲੈ ਕੇ 12 ਸਾਲ ਦੇ ਸਭ ਤੋਂ ਜ਼ਿਆਦਾ ਜਿਹੜੇ ਬੱਚਿਆਂ ਦੇ ਵਿੱਚ ਕੇਸ ਆ ਰਹੇ ਹਨ ਲੰਬਾਰਦੀਆ ਸਟੇਟ ਦੇ ਵਿੱਚ ਹੀ ਆ ਰਹੇ ਹਨ। ਬਾਕੀ ਹੁਣ ਆਪਾਂ ਗੱਲ ਕਰ ਲਈਏ ਜਰਮਨ ਦੇ ਬਾਰੇ। ਜਰਮਨ ਦੇ ਵਿੱਚ ਜਿਹੜੀ ਸਥਿਤੀ ਹੈ ਜੀ ਬਹੁਤ ਖਰਾਬ ਹੋ ਚੁੱਕੀ ਹੈ। ਕੇਸ 56,677 ਨਵਾਂ ਆਇਆ ਅਤੇ ਇਹਦੇ ਵਿੱਚ ਸਭ ਤੋਂ ਜਿਹੜੀ ਬੈਡ ਨਿਊਜ਼ ਇਹ ਹੈ ਕਿ 522 ਲੋਕਾਂ ਦੀ ਜਿਹੜੀ ਮੌਤ ਜਰਮਨ ਦੇ ਵਿੱਚ ਹੋਈ ਹੈ 24 ਘੰਟਿਆਂ ਦੇ ਵਿੱਚ। ਬਾਕੀ ਹੁਣ ਆਪਾਂ ਕੁਝ ਗੁੱਡ ਨਿਊਜ਼ ਦੇ ਉੱਤੇ ਚੱਲਦੇ ਹਾਂ। ਗੁੱਡ ਨਿਊਜ਼ ਆਪਣੀ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਲੋਕਾਂ ਦੀ ਜਿਹੜੀ ਸੈਲਰੀ ਹੈ ਜੀ 40,000 ਯੂਰੋ ਦੇ ਆਸ ਪਾਸ ਬੈਠਦਾ ਜਿਨ੍ਹਾਂ ਦਾ ਖੁਦ ਅਤੇ ਜਿਨ੍ਹਾਂ ਦੇ ਬੱਚੇ 2 ਜਾਂ ਇਸ ਤੋਂ ਘੱਟ ਹਨ ਉਹਨਾਂ ਦੇ ਵਾਸਤੇ ਗੁੱਡ ਨਿਊਜ਼ ਹੈ ਜੀ। ਉਹਨਾਂ ਦੇ ਵਾਸਤੇ ਸਾਲ ਦੀ ਜਿਹੜੀ 3,000 ਯੂਰੋ ਦੀ ਜਿਹੜੀ ਉਹ ਸੇਵਿੰਗ ਕਰ ਸਕਦੇ ਹਨ। 3,000 ਯੂਰੋ ਦਾ ਮਤਲਬ ਕਿ ਹਰ ਮਹੀਨੇ ਜਿਹੜੀ 250 ਯੂਰੋ ਦੀ ਬੱਚਤ ਉਹਨਾਂ ਨੂੰ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ 2022 ਸਾਲ ਹੋਵੇਗਾ ਇਹਦੇ ਵਿੱਚ ਜਿਹੜੀ ਲੋਕਾਂ ਦੀ ਆਮਦਨ ਜ਼ਰੂਰ ਜ਼ਿਆਦਾ ਵਧੇਗੀ। ਬਾਕੀ ਜਿਹੜੇ ਲੋਕ ਫੈਕਟਰੀਜ਼ ਵਗੈਰਾ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਤੇ ਕੰਮ ਕਰਦੇ ਨੇ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ 2022 ਦੇ ਵਿੱਚ ਉਹਨਾਂ ਨੂੰ ਜਿਹੜਾ ਕਿੰਨਾ ਕੁ ਫਰਕ ਪੈਂਦਾ ਹੈ। ਹੁਣ ਜਿਨ੍ਹਾਂ ਲੋਕਾਂ ਦੀ ਆਮਦਨ ਜਿਹੜੀ ਹੈ ਜੀ 40,000 ਯੂਰੋ ਤੱਕ ਹੈ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਕਿ 945 ਯੂਰੋ ਜਿਹੜਾ ਹੈ ਜੀ ਘੱਟ ਟੈਕਸ ਪੇ ਕਰਨਗੇ ਸਰਕਾਰ ਨੂੰ। ਬਾਕੀ ਜੇ ਆਪਾਂ ਗੱਲ ਕਰੀਏ ਸੋਮਵਾਰ ਦੀ ਤਾਂ ਸੋਮਵਾਰ ਤੋਂ ਜਿਹੜਾ ਲੰਬਾਰਦੀ ਹੈ ਜੀ ਇਸ ਨੂੰ ਵਾਈਟ ਜੋਨ ਦੇ ਵਿੱਚ ਹੀ ਰੱਖਿਆ ਜਾਏਗਾ। ਵਨੇਤੋ, ਲਗੂਰੀਆ ਅਤੇ ਤਰੰਤੀ ਨੂੰ ਜਿਹੜੀ ਹੈ ਜੀ ਇਸ ਨੂੰ ਯੈਲੋ ਜੋਨ ਦੇ ਵਿੱਚ ਲਿਜਾਇਆ ਜਾ ਰਿਹਾ ਸੋਮਵਾਰ ਤੋਂ। ਬਾਕੀ ਜਿਹੜੇ ਲੋਕ ਬਾਹਾਂ ਦੇ ਉੱਤੇ ਟੈਟੂ ਵਗੈਰਾ ਬਣਾਉਂਦੇ ਹਨ ਆਪਣੇ ਹੱਥਾਂ ਦੇ ਉੱਤੇ ਜਾਂ ਆਪਣੇ ਡੋਲਿਆਂ ਦੇ ਉੱਤੇ ਅਤੇ ਇਹਦੇ ਵਾਸਤੇ ਤਾਂ ਕਾਫੀ, ਤੁਹਾਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਲੋਕ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਬਣਾਉਂਦੇ ਹੁੰਦੇ ਸਨ ਹੱਥਾਂ ਦੇ ਉੱਤੇ ਜਾਂ ਸਰੀਰ ਦੇ ਹੋਰ ਅੰਗਾਂ ਦੇ ਉੱਪਰ ਵੀ, ਪਰੰਤੂ ਹੁਣ ਤੁਸੀਂ ਕੁਝ ਸਮੇਂ ਤੋਂ ਦੇਖਿਆ ਹੋਇਆ ਕਿ ਲੋਕਾਂ ਨੇ ਜਿਹੜੇ ਰੰਗੀਨ ਸ਼ਾਹੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਰੰਗੀਨ ਟੈਟੂ ਜਿਹੜੇ ਬਣਾਏ ਜਾ ਰਹੇ ਸਨ ਹੱਥਾਂ ਪੈਰਾਂ ਦੇ ਉੱਪਰ, ਕੋਈ ਲੱਤਾਂ ਦੇ ਉੱਪਰ ਬਣਵਾ ਰਿਹਾ ਸੀ ਅਤੇ ਕੋਈ ਪੈਰਾਂ ਦੇ ਉੱਪਰ ਅਤੇ ਕੋਈ ਹੱਥਾਂ ਦੇ ਉੱਪਰ ਅਤੇ ਕੋਈ ਡੋਲਿਆਂ ਦੇ ਉੱਪਰ। ਹੁਣ ਜਿਹੜੀ ਇਸ ਦੇ ਉੱਤੇ ਮਨਾਹੀ ਲੱਗੀ ਹੈ ਕਿ 4 ਜਨਵਰੀ 2022 ਤੋਂ ਬਾਅਦ ਜਿਹੜਾ ਕੋਈ ਵੀ ਰੰਗੀਨ ਟੈਟੂ ਆਪਣੇ ਸਰੀਰ ਦੇ ਉੱਤੇ ਨਹੀਂ ਬਣਵਾ ਸਕਦਾ। ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਜੀ ਉਹਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਕਿ ਜੇ ਤਾਂ ਕਿਸੇ ਨੇ ਬਲੈਕ ਜਾਂ ਵਾਈਟ ਕਲਰ ਦੇ ਵਿੱਚ ਬਣਾਉਣਾ ਹੈ ਅਤੇ ਉਹ ਬਣਾ ਸਕਦਾ ਹੈ, ਉਹਦੇ ਵਾਸਤੇ ਜਿਹੜੀ ਕੋਈ ਮਨਾਹੀ ਨਹੀਂ ਕੀਤੀ ਗਈ। ਜੇ ਤੁਸੀਂ ਕਿਸੇ ਹੋਰ ਰੰਗ ਦੇ ਵਿੱਚ ਇਸ ਨੂੰ ਕਲਰ ਕਰਵਾਉਣਾ ਹੈ ਜਿੱਦਾਂ ਕਿ ਰੈੱਡ, ਗ੍ਰੀਨ ਜਾਂ ਬਲੂ ਜਾਂ ਕੋਈ ਹੋਰ ਯੈਲੋ ਕਲਰ ਜਾਂ ਕੋਈ ਵੀ ਰੰਗ ਹੋ ਸਕਦਾ ਹੈ ਬਲੈਕ ਅਤੇ ਵਾਈਟ ਨੂੰ ਛੱਡ ਕੇ, ਤਾਂ ਫਿਰ ਇਹਦੇ ਵਿੱਚ ਜਿਹੜਾ ਕਾਰਨ ਇਹ ਦੱਸਿਆ ਜਾ ਰਿਹਾ ਹੈ, ਕਾਰਨ ਜਿਹੜਾ ਸਭ ਤੋਂ ਵੱਡਾ ਸ਼ਾਇਦ ਦੱਸਿਆ ਜਾ ਰਿਹਾ, ਜਿਹੜੀ ਇੰਕ ਹੈ ਜੀ ਦੱਸਿਆ ਜਾ ਰਿਹਾ ਕਿ ਇਹ ਡੇਂਜਰਸ ਹੈ, ਇਹ ਸਰੀਰ ਦੇ ਵਾਸਤੇ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਇਹ ਜਿਹੜੇ ਨਵੇਂ ਨਿਯਮ ਹਨ ਜੀ ਯੂਰੋਪੀਅਨ ਰੈਗੂਲੇਸ਼ਨ ਜਿਹੜੀ ਹੈ ਜੀ ਅਥਾਰਟੀ, ਇਸ ਨੇ ਜਿਹੜੇ ਨਵੇਂ ਨਿਯਮ ਜਿਹੜੇ ਹਨ ਇਹ ਕੈਮੀਕਲ ਦੇ ਉੱਤੇ ਇਹਨਾਂ ਨੂੰ ਹੋਰ ਜ਼ਿਆਦਾ ਸਖਤ ਕੀਤਾ ਹੈ। ਬਾਕੀ ਜਿਹੜੇ ਲੋਕ ਇਸ ਕਿੱਤੇ ਦੇ ਨਾਲ ਸੰਬੰਧਿਤ ਹਨ ਉਹ ਜ਼ਰੂਰ ਸਰਕਾਰ ਦੇ ਨਾਲ ਜਿਹੜੇ ਨਾਰਾਜ਼ਗੀ ਆਪਣੀ ਜ਼ਾਹਰ ਕਰ ਰਹੇ ਹਨ। ਹਾਂਜੀ ਹੁਣ ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਤੇ। ਨੈਕਸਟ ਖਬਰ ਆਪਣੀ ਪਾਲ ਅਰਜ਼ਾ ਕਰਾਉਣ ਦੇ ਨਾਲ ਸੰਬੰਧਿਤ, ਜਿਸ ਦੀ ਕਿ ਉਮਰ 31 ਸਾਲ ਹੈ, ਜਿਹੜੀ ਕਿ ਇੱਕ ਨਰਸ ਹੈ ਜਿਹੜੀ ਕਿ ਛੁੱਟੀਆਂ ਦੇ ਦੌਰਾਨ ਮਿਲਾਨ ਦੇ ਵਿੱਚ ਆਈ ਹੋਈ ਸੀ ਆਪਣੇ ਇੱਕ ਦੋਸਤ ਦੇ ਨਾਲ। ਹੁਣ ਹੁੰਦਾ ਇਸ ਤਰ੍ਹਾਂ ਕਿ ਪੋਰਤਾ ਰੋਮਾਨੀਆ ਮਿਲਾਨ ਦੇ ਵਿੱਚ ਇੱਕ ਇਲਾਕਾ ਪੈਂਦਾ ਹੈ, ਟ੍ਰੇਨ ਦੇ ਵਿੱਚ ਇੱਕ ਲੜਕਾ ਜਾ ਰਿਹਾ ਸੀ ਜਿਸ ਨੂੰ ਕਿ ਟ੍ਰੇਨ ਦੇ ਵਿੱਚ ਹੀ ਹਾਰਟ ਅਟੈਕ ਆਉਂਦਾ ਹੈ ਅਤੇ ਜਿਹੜੀ ਨਰਸ ਸੀ ਇਹ ਬਾਹਰਲੇ ਦੇਸ਼ ਦੇ ਵਿੱਚੋਂ ਇਟਲੀ ਦੇ ਵਿੱਚ ਘੁੰਮਣ ਫਿਰਨ ਦੇ ਵਾਸਤੇ ਆਈ ਹੋਈ ਸੀ ਛੁੱਟੀਆਂ ਮਨਾਉਣ ਦੇ ਵਾਸਤੇ, ਅਤੇ ਜਦੋਂ ਇਸਨੇ ਦੇਖਿਆ ਕਿ ਲੜਕੀ ਨੂੰ ਹਾਰਟ ਅਟੈਕ ਦਾ ਦੌਰਾ ਪਿਆ ਹੈ ਤਾਂ ਇਸਨੇ ਜਿਹੜੀ ਟ੍ਰੇਨ ਦੇ ਵਿੱਚ ਹੀ ਉਸਦੀ ਮਦਦ ਕੀਤੀ ਅਤੇ ਉਸ ਲੜਕੇ ਦੀ ਜਿਹੜੀ ਜਾਨ ਬਚਾਈ। ਬਾਕੀ ਇਸ ਦੇ ਨਾਲ ਹੀ ਆਪਾਂ ਜਿਹੜੀ ਅੱਜ ਦੀ ਵੀਡੀਓ ਜੀ ਇਸ ਨੂੰ ਇੱਥੇ ਖਤਮ ਕਰਦੇ ਹਾਂ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਤੁਸੀਂ ਵੀਡੀਓ ਦੇਖੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।